ਸਾਡੀ ਫਿਲਮ ਦੇ ਟਾਈਮ 'ਤੇ ਇਹ ਪ੍ਰੋਬਲਮ ਆਈ। ਅਸੀਂ 50-50 ਲੱਖ ਰੁਪਇਆ ਟੇਪਾਂ 'ਤੇ ਲਾਇਆ ਹੈ, ਕੋਈ ਚਾਕੂ ਰਖਾ ਕੇ ਤਾਂ ਐਗਰੀਮੈਂਟ ਹੋਏ ਨਹੀਂ ਸੀ ਭਾਜੀ, ਅੱਜ ਤਾਂ ਨਹੀਂ ਰਿਕਾਰਡਿੰਗ। ਮੈਂ ਕਿਹਾ ਕੀ ਗੱਲ, ਅਸੀਂ ਉਹਦੇ ਘਰ ਫੋਨ ਕੀਤਾ, ਕਹਿੰਦੇ ਉਹ ਸਬਜ਼ੀ ਲੈਣ ਗਏ। ਸਪੀਡ ਵਾਲੇ ਦਿਨੇਸ਼ ਦਾ ਫੋਨ ਆ ਗਿਆ, ਉਹ ਕਹਿੰਦੇ ਫੀਮੇਲ ਬੱਬੂ ਮਾਨ ਹੈ ਇੱਕ, ਕੀ ਬਾਉਂਡ ਕਰੀਏ, ਕਿਉਂ ਪੈਸਾ ਲਾਈਏ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੱਤੀ ਅਤੇ ਤੁਸੀਂ ਵੇਖ ਰਹੇ ਹੋ ਚੈਨਲ ਸਤਰੰਗ, ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਪਹਿਲਾਂ ਤਾਂ ਕਿ ਪਾਰਟ 1 ਸਤਰੰਗ ਸੈਲੀਬ੍ਰਿਟੀ ਨੂੰ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ, ਜਿਹਦੇ ਵਿੱਚ ਕਿ ਅਸੀਂ ਤੁਹਾਨੂੰ ਰੂਬਰੂ ਕਰਵਾਇਆ ਸੀਗਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਪ੍ਰੋਡਿਊਸਰ, ਡਾਇਰੈਕਟਰ ਅਤੇ ਐਕਟਰ ਗੌਰਵ ਤ੍ਰੇਹਨ ਜੀ ਦੇ ਨਾਲ, ਜਿਨ੍ਹਾਂ ਨੇ ਕਿ ਬਹੁਤ ਸਾਰੀਆਂ ਆਪਣੀ ਲਾਈਫ ਦੀਆਂ ਗੱਲਾਂ ਬਾਤਾਂ ਕੀਤੀਆਂ ਸੀ। ਸੋ ਆਓ ਹੁਣ ਉਹਨਾਂ ਗੱਲਾਂ ਨੂੰ ਅੱਗੇ ਵਧਾਉਂਦੇ ਹਾਂ ਪਾਰਟ 2 ਦੇ ਵਿੱਚ, ਅਤੇ ਕਰਦੇ ਹਾਂ ਉਹਨਾਂ ਨਾਲ ਹੋਰ ਗੱਲਾਂ। ਸੋ ਆਓ ਮਿਲਦੇ ਹਾਂ ਗੌਰਵ ਤ੍ਰੇਹਨ ਜੀ ਦੇ ਨਾਲ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਵੇਂ ਮਿਊਜ਼ਿਕ ਕੰਪਨੀਜ਼ ਬਾਰੇ, ਹੈ ਨਾ, ਜਿਵੇਂ ਤੁਸੀਂ ਉਸ ਦੌਰ ਤੋਂ ਕੰਮ ਕਰ ਰਹੇ ਹੋ ਜਦੋਂ ਕੈਸੇਟਸ ਬਣਦੀਆਂ ਸੀਗੀਆਂ, ਹੈ ਨਾ, ਸਾਰਾ ਕੁਝ, ਅਤੇ ਅੱਜ ਸਾਰਾ ਕੁਝ ਡਿਜੀਟਲਾਈਜ਼ ਹੋ ਗਿਆ, ਹੈ ਨਾ। ਅਤੇ ਉਸ ਟਾਈਮ ਦੀ ਇਨਕਮ ਦੇ ਵਿੱਚ, ਕਿਉਂਕਿ ਮੈਂ ਕਿੰਨੇ ਆਰਟਿਸਟਾਂ ਦੀ, ਹੈ ਨਾ, ਇੱਥੇ ਇੰਟਰਵਿਊਜ਼ ਕੀਤੀਆਂ, ਪ੍ਰੋਡਿਊਸਰਸ ਦੀਆਂ ਕੀਤੀਆਂ, ਅਤੇ ਉਹਨਾਂ ਨੇ ਕਿਹਾ ਕਿ ਪਹਿਲੇ ਵਾਲਾ ਦੌਰ ਬਹੁਤ ਵਧੀਆ ਸੀਗਾ ਕਿ ਕੈਸੇਟਸ ਵਿਕਦੀਆਂ ਸੀਗੀਆਂ, ਕਿ ਇੰਨਾ ਜ਼ਿਆਦਾ ਇਨਕਮ ਹੁੰਦੀ ਸੀਗੀ ਕੰਪਨੀਜ਼ ਨੂੰ, ਹੈ ਨਾ, ਸਿੰਗਰ ਨੂੰ ਜੋ ਵੀ, ਹੈ ਨਾ। ਅਤੇ ਅੱਜ ਕੱਲ੍ਹ ਡਿਜੀਟਲਾਈਜ਼ ਹੋ ਗਿਆ ਸਾਰਾ ਸਿਸਟਮ, ਅਤੇ ਹੁਣ ਉਨਾ ਹੀ ਸਾਰਾ ਕੁਛ ਹੈਗਾ ਜਾਂ ਨਹੀਂ? ਪਤਾ ਤੁਹਾਨੂੰ ਵੀ ਹੈ, ਮੈਂ ਅੰਡਰਲਾਈਨ ਕਰ ਦਿੰਦਾ, ਸਿੰਪਲ ਗੱਲ ਹੈ ਜੀ, ਜਿਹਦੇ ਪੱਲੇ ਟੈਲੈਂਟ, ਜਿਹਦੇ ਪੱਲੇ ਲਾਈਵ ਸ਼ੋਜ਼ ਜੀ, ਉਹ ਕੁਛ ਵੀ ਕਰ ਸਕਦਾ। ਜਾਂ ਕੋਈ ਫਿਲਮਾਂ ਵੱਲ ਚਲਾ ਗਿਆ, ਅਮਰਿੰਦਰ ਹੁਣ ਫਿਲਮਾਂ ਕਰ ਰਿਹਾ ਸੀ, ਸ਼ੋਜ਼ ਕਰ ਹੀ ਨਹੀਂ ਰਿਹਾ ਜੀ, ਆਪੇ ਕਮਾ ਰਿਹਾ। ਲੇਕਿਨ ਉਹ ਪਹਿਲੇ ਵਾਲਾ ਟਾਈਮ ਤੁਸੀਂ ਐਕਸਪੈਕਟ ਕਰੋ ਕਿ ਗਾਣੇ ਤੋਂ ਪੈਸੇ ਬਣ ਜੂਗੇ? ਨੋ 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 ਜੀ, ਉਹ ਤਾਂ ਹੋ ਸਕਦਾ ਜੇ ਗਾਣਾ ਐਕਸੈਪਸ਼ਨਲ ਹਿੱਟ ਹੋ ਜਾਏ, 10 ਮਿਲੀਅਨ ਵਿਊਜ਼ ਜੈਨੂਇਨ ਜੀ, ਜੋ ਕਿ ਬਹੁਤ ਮੁਸ਼ਕਿਲ ਹੈ। ਡਾਂਚੀ ਮੀਡੀਆ ਵਾਲੇ ਨਹੀਂ ਜੀ, ਗਾਂਚੀ ਕਿਹੜਾ ਡਾਂਚੀ ਪਤਾ ਨਹੀਂ, ਠੀਕ ਹੈ, ਉਹ ਵਾਲੇ ਨਹੀਂ, ਜੈਨੂਇਨ ਵਿਊਜ਼, ਫਿਰ ਤੁਹਾਨੂੰ ਜੈਨੂਇਨ ਸ਼ੋਜ਼ ਵੀ ਪੱਕਾ ਮਿਲੂਗੇ। ਬਿਲਕੁਲ ਬਿਲਕੁਲ, ਜੇ ਤੁਹਾਨੂੰ ਲੋਕਾਂ ਨੇ ਦੇਖਿਆ ਤਾਂ ਜ਼ਰੂਰ ਰਿਸਪੌਂਸ ਆਏਗਾ, ਜੇ ਉਹਨਾਂ ਨੇ ਪਸੰਦ ਕੀਤਾ, ਉਨੇ ਲਾਈਕਸ ਆਏ ਹੋਏ ਆ, ਫਿਰ ਕੀ ਪ੍ਰੋਬਲਮ ਹੈ ਜੀ। ਸੋ ਅੱਜ ਆਪਾਂ ਐਵੇਂ ਇਹਨਾਂ ਸਵਾਲਾਂ ਦੇ ਜਵਾਬ ਲੱਭ ਰਹੇ ਹਾਂ, ਜਵਾਬ ਸਾਡੇ ਸਾਹਮਣੇ ਪਏ ਆ, ਅਸੀਂ ਸਵਾਲ ਬਣਾਉਂਦੇ। ਨਹੀਂ, ਇਹ ਤਾਂ ਚਲੋ ਸਿੰਗਰਸ ਦੀ ਗੱਲ ਹੋ ਗਈ ਨਾ, ਤੁਸੀਂ ਸਿੰਗਰ ਕਿਹਾ, ਮੈਂ ਆਪਾਂ ਮੈਂ ਕੰਪਨੀਜ਼ ਦੀ ਗੱਲ ਕੀਤੀ। ਸਭ ਤੋਂ ਜ਼ਿਆਦਾ ਇਸ ਵੇਲੇ ਪ੍ਰੋਫਿਟਸ ਨੇ ਮਿਊਜ਼ਿਕ ਡਾਇਰੈਕਟਰ, ਮਿਊਜ਼ਿਕ ਬਣਾਏ ਉਹਨਾਂ ਦਾ ਕੁਝ ਲੱਗ ਨਹੀਂ ਰਿਹਾ, ਬਣਾ ਰਹੇ ਆ, ਪ੍ਰੋਡਕਟ ਦੇ ਰਹੇ ਆ, ਹੈ ਨਾ, ਸਿੰਗ ਪੀਸ ਰਹੇ ਅੱਜ ਕੱਲ੍ਹ ਵੈਸੇ ਜ਼ਿਆਦਾਤਰ ਸਿੰਗਰ, ਸਿੰਗਰ ਹਰ ਪਾਸੇ, ਹੈ ਨਾ, ਕੰਪਨੀ ਕੋਲ ਲੈ ਕੇ ਜਾਣਾ ਪ੍ਰੋਜੈਕਟ, ਪਹਿਲਾਂ ਲਿਰਿਸਿਸਟ ਲੱਭਣਾ ਅਗਰ ਨਹੀਂ ਲਿਖਦਾ, ਅਤੇ ਉਸ ਤੋਂ ਬਾਅਦ ਫਿਰ ਮਿਊਜ਼ਿਕ ਡਾਇਰੈਕਟਰ ਲੱਭਣਾ, ਫਿਰ ਉਹਨੂੰ ਦੇਖ ਕੇ ਉਸ ਤੋਂ ਬਾਅਦ ਫਿਰ ਵੀਡੀਓਜ਼ ਬਣਾਉਣਾ, ਫਿਰ ਵੀਡੀਓ ਤੋਂ ਬਾਅਦ ਕੰਪਨੀ ਲੱਭਣਾ, ਐਡ ਦੇਣਾ, ਸਾਰਾ ਕੁਛ ਬਹੁਤ ਜ਼ਿਆਦਾ ਔਖਾ ਹੋ ਚੁੱਕਿਆ। ਰੀਅਲੀ ਆਈ ਅੰਡਰਸਟੈਂਡ, ਸਾਡੇ ਵਾਲੇ ਟਾਈਮ 'ਚ ਵੀ ਅਸੀਂ ਤਾਂ ਆਪ ਪੈਸੇ ਲਾ ਕੇ ਕੰਮ ਕੀਤਾ, ਅਸੀਂ ਅੱਜ ਤਾਂ ਨਹੀਂ ਕੰਮ ਕਰ ਪਾ ਰਹੇ ਕਿ ਸਾਨੂੰ ਆਦਤ ਨਹੀਂ ਹੈ, ਭਾਅ ਜੀ ਤੁਸੀਂ ਪੈਸੇ ਲਾ ਦਿਓ, ਆ ਜਾਓ ਅਸੀਂ ਕੱਢ ਦਿੰਦੇ ਹਾਂ ਜੀ। ਕਿਹਨੂੰ ਕੱਢਣਾ, ਟੇਪ ਨੂੰ ਕਿ ਕਿਸੇ ਹੋਰ ਨੂੰ? ਨਹੀਂ ਜੀ, ਰੋਂਗ, ਉਹਦਾ ਸਿਸਟਮ ਹੀ ਨਹੀਂ ਰਹਿ ਗਿਆ, ਇਹਦਾ ਮਤਲਬ ਤੁਸੀਂ ਆਪਣੀ ਕ੍ਰੀਏਟਿਵਿਟੀ ਤਾਂ ਪਾ ਨਹੀਂ ਸਕਦੇ ਨਾ, ਅਗਲਾ ਬਣਾ ਕੇ ਲਿਆਇਆ ਹੈ, ਤੁਸੀਂ ਤੁਹਾਨੂੰ ਠੀਕ ਲੱਗ ਰਿਹਾ, ਤੁਸੀਂ ਰਿਲੀਜ਼ ਕਰ ਦੋਗੇ ਨਾ, ਉਹ ਸਿਸਟਮ ਬਦਲ ਗਿਆ। ਅੱਜ ਜੇ ਉਹ ਵਾਲਾ ਟਾਈਮ ਦੁਬਾਰਾ ਲੈ ਕੇ ਆਈਏ ਕਿ ਅਸੀਂ ਕੰਮ ਕਰਾਂਗੇ, ਅਸੀਂ ਤੁਹਾਡੇ ਨਾਲ ਚੱਲਾਂਗੇ, ਜਿਹੜੇ ਉੱਦਾਂ ਕਰ ਰਹੇ ਆ ਉਹ ਸਕਸੈਸਫੁਲ ਨੇ ਜੀ। ਅਤੇ ਕੈਟਰਿੰਗ ਅੱਜ ਕੱਲ੍ਹ ਵੈਸੇ ਘੱਟ, ਬਹੁਤ ਘੱਟ ਪ੍ਰੋਜੈਕਟ, ਘੱਟ ਨਹੀਂ, ਆਲਮੋਸਟ ਨਨ, ਹਾਂਜੀ, ਮਤਲਬ ਕਿ ਬਹੁਤ ਘੱਟ, ਰੇਅਰ, ਵਨਸ ਇਨ ਅ ਵਾਈਲ, ਹੈ ਨਾ, ਅਤੇ 1 or 2 years ਕਹਿ ਲਓ, ਉਸਦਾ ਕਾਰਨ ਇਹੀ ਹੈ, ਉਸਦਾ ਕਾਰਨ ਸਾਨੂੰ ਬਿਜ਼ਨਸ ਸਟ੍ਰੀਮ ਦਿਖ ਹੀ ਨਹੀਂ ਰਿਹਾ। ਕੈਟਰੈਕ ਨੂੰ ਸਿੰਗਰ ਬਣਨ ਦਾ ਸ਼ੌਂਕ ਤਾਂ ਹੈ ਨਹੀਂ ਜੀ, ਪਰ ਕੈਟਰੈਕ ਦੇ ਓਨਰ ਨੂੰ ਤਾਂ ਸਿੰਗਰ ਬਣਨ ਦਾ ਸ਼ੌਂਕ ਵੀ ਹੈਗਾ, ਉਹ ਤਾਂ ਕੱਢ ਲਿਆ, ਉਹ ਤਾਂ ਕੱਢ ਲਿਆ। ਪ੍ਰੋਡਿਊਸਰ ਨੇ ਕੈਟਰੈਕ ਕੰਪਨੀ ਦੇ ਓਨਰ ਗੌਰਵ ਤ੍ਰੇਹਨ ਜੀ ਖੁਦ ਵੀ ਇੱਕ ਸਿੰਗਰ ਪਹਿਲਾਂ, ਮਤਲਬ ਕਿ ਉਹ ਸ਼ੌਂਕ ਕੱਢ ਲਿਆ। ਉਦੋਂ ਅਸੀਂ ਕਿਹੜੇ ਟਾਈਮ 'ਚ ਆਏ, ਜਦੋਂ ਸ਼ਾਮ ਦੇ 6 to 7:30 ਦਾ ਟਾਈਮ ਸੀ, ਵੀ ਉਹ ਜਾ ਰਿਹਾ ਸੀ, ਇੱਧਰੋਂ ਡਿਜੀਟਲ ਆ ਰਿਹਾ ਸੀ, ਕਿਸੇ ਨੂੰ ਕੁਛ ਸਮਝ ਹੀ ਨਹੀਂ ਆ ਰਿਹਾ ਸੀ ਵੀ ਯਾਰ ਹੁਣ ਹਨੇਰਾ ਹੋਣਾ ਅੱਗੇ ਕਿ ਚਾਨਣਾ ਹੋਣਾ, ਕੁਛ ਕਲੀਅਰ ਨਹੀਂ ਸੀਗਾ।
ਉਹ ਮਤਲਬ ਕਿ ਉਹ ਕਿਸ ਚੀਜ਼ ਦੇ ਵਿੱਚ ਸ਼ੁਰੂ ਤੋਂ ਸ਼ੌਂਕ ਸੀਗਾ ਸਿੰਗਿੰਗ ਦਾ ਕਿਉਂਕਿ ਥੀਏਟਰ ਦਾ ਤੁਸੀਂ ਕੀਤਾ ਸੀਗਾ ਹੈ ਨਾ ਥੀਏਟਰ ਆਰਟਿਸਟ ਬਹੁਤ ਵਧੀਆ ਉਹ ਡਾਇਰੈਕਟਰ ਵੀ ਬਹੁਤ ਵਧੀਆ ਪ੍ਰੋਡਿਊਸਰ ਵੀ ਬਹੁਤ ਵਧੀਆ ਹੈ ਨਾ ਅਤੇ ਸਿੰਗਿੰਗ ਵਾਲਾ ਸ਼ੌਂਕ ਇੱਕੋਦਮ ਪੈ ਗਿਆ ਜਾਂ ਮਤਲਬ ਕਿ ਇਹ ਨਾਲ ਹੀ ਪੈ ਜਾਂਦਾ ਹਰ ਵੇਲੇ ਸਿੰਗਿੰਗ ਹੀ ਤਾਂ ਕਰਾਉਂਦੇ ਸੀ ਸਾਰਾ ਟਾਈਮ ਕੰਮ ਕੀ ਹੁੰਦਾ ਸੀ ਦਵਿੰਦਰ ਨੇ ਡਬਿੰਗ ਕਰਾਉਣੀ ਮੈਂ ਮਿਕਸਿੰਗ ਕਰਾਉਣੀ ਫਿਰ ਆਹ ਲਾਈਨ ਠੀਕ ਕਰਦੇ ਆਹ ਇੱਦਾਂ ਕਰਦੇ ਜਿਹੜੇ ਕੰਮ 'ਚ ਤੁਸੀਂ ਰਹੋਗੇ ਚਾਹੇ ਉਹ ਰੇਤਾ ਬਜਰੀ ਦਾ ਹੋਵੇ ਸ਼ੌਕ ਤਾਂ ਪੈ ਹੀ ਜਾਂਦਾ ਨਾ ਯਾਰ ਇਟਸ ਗੁੱਡ ਉਹ ਇਨਹਿਊਮਨ ਨਹੀਂ ਹੈ ਕਿ ਮੈਂ ਅਚਾਨਕ ਕਹਾਂ ਕਿ ਮੈਂ ਕੈਸੇਟ ਕੰਪਨੀ ਦਾ ਕੰਮ ਕਰਦੇ ਕਰਦੇ ਕਹਾਂ ਮੈਂ ਮੀਟ ਵੱਢਣਾ ਉਹ ਨਹੀਂ ਸੀ ਮੇਰੀ ਲਾਈਨ ਦਾ ਸੀ ਉਹ ਸਾਰਾ ਕੁਛ ਅਸੀਂ ਕਰਦੇ ਕਰਾਉਂਦੇ ਆਏ ਹਾਂ ਚਾਹੇ ਮਿਊਜ਼ਿਕ ਕਰਾਉਣਾ ਚਾਹੇ ਕਿਸੇ ਤੋਂ ਗਵਾਉਣਾ ਚਾਹੇ ਗਾਣਾ ਚੈੱਕ ਕਰਨਾ ਚਾਹੇ ਲਿਰਿਕਸ ਚੈੱਕ ਕਰਨੇ ਇੰਨਾ ਜ਼ਿਆਦਾ ਮਿਊਜ਼ਿਕ 'ਚ ਵੜੇ ਰਹਿਣ ਵਾਲਾ ਬੰਦਾ ਕਿੱਥੋਂ ਨਹੀਂ ਮਿਊਜ਼ਿਕ ਜਾਗੇਗਾ ਦੱਸੋ ਤੁਸੀਂ ਫਿਰ ਸ਼ੋਜ਼ 'ਤੇ ਵੀ ਜਾਂਦੇ ਹੋ ਸਿੰਗਰਸ ਇੰਨੇ ਤੁਸੀਂ ਬੌਂਡ ਕੀਤੇ ਸ਼ੋਜ਼ 'ਤੇ ਵੀ ਨਾਲ ਜਾਂਦੇ ਹੋਣੇ ਨਾ ਨਹੀਂ ਜਾਂਦੇ ਸੀ ਨਾ ਨਾ ਭਰੋਸਾ ਕਰਦੇ ਸੀ ਸਾਨੂੰ ਮਿਊਜ਼ਿਕ ਇੱਕ ਮਿਊਜ਼ੀਸ਼ੀਅਨ ਦਾ ਫੋਨ ਆਇਆ ਕਹਿੰਦੇ ਭਾਜੀ ਅੱਜ ਤਾਂ ਨਹੀਂ ਰਿਕਾਰਡਿੰਗ ਮੈਂ ਕਿਹਾ ਕੀ ਗੱਲ ਕਹਿੰਦੇ ਅਸੀਂ ਫਲਾਣੇ ਸਿੰਗਰ ਦੇ ਸ਼ੋਅ 'ਤੇ ਗਏ ਹਾਂ ਸ਼ੇਰ ਵਰਗਾ ਨਾਮ ਸੀ ਉਹਦਾ ਅਤੇ ਅਸੀਂ ਉਹਦੇ ਘਰ ਫੋਨ ਕੀਤਾ ਕਹਿੰਦੇ ਉਹ ਸਬਜ਼ੀ ਲੈਣ ਗਏ ਆ ਹੁਣ ਕੀ ਕਰੀਏ ਕੀ ਬਾਉਂਡ ਕਰੀਏ ਕਿਉਂ ਪੈਸਾ ਲਾਈਏ ਅਸੀਂ ਪਿੱਛੇ ਹਟ ਗਏ ਨੋ ਇਹ ਭਰੋਸੇ ਵਾਲੀ ਗੇਮ ਹੈ ਕਿਸੇ ਦਾ ਮਾਂ ਬਾਪ ਵੀ ਕਈ ਵਾਰੀ ਤੁਹਾਡੇ 'ਤੇ 20 ਲੱਖ ਨਹੀਂ ਲਾ ਸਕਦਾ ਅਸੀਂ 50-50 ਲੱਖ ਰੁਪਇਆ ਟੇਪਾਂ 'ਤੇ ਲਾਇਆ ਹੈ ਫਿਲਮ 'ਤੇ ਗਾਣੇ ਸ਼ੂਟ ਕੀਤੇ ਹੈ ਪ੍ਰੋਪਰ ਬਣਾਇਆ ਫਿਰ ਮੈਂ ਕੀ ਐਕਸਪੈਕਟ ਕਰ ਸਕਦਾ ਤੁਹਾਡੇ ਤੋਂ ਸਿਰਫ ਸਿੰਸੈਰਿਟੀ ਜੀ ਪਰ ਕਈ ਗੱਲ ਕਈ ਲੋਕ ਇਹ ਵੀ ਕਹਿੰਦੇ ਕੰਪਨੀਜ਼ ਵੀ ਧੱਕਾ ਕਰਦੀਆਂ ਕੰਪਨੀਜ਼ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਇਹ ਗੱਲ ਕਰ ਰਿਹਾ ਅਸੀਂ ਤਾਂ ਤੁਹਾਡੇ ਤੋਂ 0 ਇਨਵੈਸਟਮੈਂਟ 'ਤੇ ਗੇਮ ਖੇਡੀ ਸੀ ਜੀ ਵੀ ਜੋ ਆਏਗਾ ਉਹਨੂੰ ਸ਼ੇਅਰ ਕਰਾਂਗੇ ਜੀ ਪੈਸਾ ਅਸੀਂ ਲਾਉਣਾ ਉਹਦੇ 'ਚ ਕੀ ਗਲਤ ਹੈ ਜੀ ਔਰ ਰਜ਼ਾ ਨਾਲ ਕੋਈ ਚਾਕੂ ਰਖਾ ਕੇ ਤਾਂ ਐਗਰੀਮੈਂਟ ਹੋਏ ਨਹੀਂ ਸੀ ਸਾਰੇ ਜਾਣਦੇ ਆ ਸਾਰੇ ਐਡਮਿਟ ਕਰਦੇ ਆ ਜੀ ਉਹ ਗੱਲ ਕਰ ਜੀ ਅਤੇ ਭਾਅ ਜੀ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਕਾਫੀ ਗੱਲਾਂ ਸਿੱਖਣ ਨੂੰ ਵੀ ਮਿਲ ਰਹੀਆਂ ਅਤੇ ਹੁਣ ਆਪਾਂ ਇਹ ਗੱਲ ਕਰਦੇ ਹਾਂ ਨਿਊ ਈਅਰ ਦਾ ਦੌਰ ਬਹੁਤ ਹੁੰਦਾ ਸੀਗਾ ਪਹਿਲੇ ਟਾਈਮਾਂ ਦੇ ਵਿੱਚ ਜਿਵੇਂ ਹੁਣ ਨਿਊ ਈਅਰ ਪ੍ਰੋਗਰਾਮ ਸੀ ਜ਼ਿਆਦਾ ਬਣਦੇ ਹੁੰਦੇ ਸੀਗੇ ਹੈ ਨਾ ਉਸ ਟਾਈਮ ਤਾਂ ਅਤੇ ਇੱਕ ਤਾਂ ਤੁਹਾਡੇ ਕੋਲ ਬਹੁਤ ਕੰਪਨੀ ਵੱਡੀ ਨਾਮ ਵੱਡਾ ਸੀਗਾ ਕੈਟਰਿਕ ਦਾ ਹੈ ਨਾ ਅਤੇ ਉਸ ਤੋਂ ਬਾਅਦ ਆਰਟਿਸਟ ਵੀ ਸਾਰੇ ਵੱਡੇ ਹੁੰਦੇ ਸੀ ਤਕਰੀਬਨ ਤੁਸੀਂ ਗੁਰਦਾਸ ਮਾਨ ਸਾਹਿਬ ਤੋਂ ਲੈ ਕੇ ਸਾਰੇ ਜਿੰਨੇ ਪੰਜਾਬ ਦੇ ਹੈ ਨਾ ਵੱਡੇ ਆਰਟਿਸਟ ਹੈਗੇ ਸਭ ਨਾਲ ਇੰਨਿਆਂ ਨੂੰ ਕਿੱਦਾਂ ਮੈਨੇਜ ਕਰਦੇ ਹੁੰਦੇ ਸੀਗੇ ਜੇ ਆਪਾਂ ਗੱਲ ਕਰੀਏ ਦਾਤਾ ਦਾਤਾ ਬਸ ਮੈਂ ਕਿੱਥੋਂ ਮੈਨੇਜ ਕਰ ਸਕਦਾ ਉਦੋਂ ਇੱਕ ਸਿੰਪਲ ਫੋਨ ਕਾਲ ਹੁੰਦੀ ਸੀ ਨਿਊ ਈਅਰ ਦੀ ਰਿਕਾਰਡਿੰਗ ਸ਼ੁਰੂ ਹੋ ਗਈ ਓਕੇ ਚਲੋ ਵਧੀਆ ਜ਼ਿਆਦਾ ਮਿਹਨਤ ਨਹੀਂ ਲੱਗੀ ਉਹਦੇ 'ਚ ਕੋਈ ਸਟਰਗਲ ਨਹੀਂ ਹੈ ਉਹ ਇੱਕ ਰਿਸ਼ਤੇ ਇੱਦਾਂ ਦੇ ਬਣ ਗਏ ਸੀ ਉਹ ਕਿੱਦਾਂ ਬਣ ਨੋ ਪਲੀਜ਼ ਕੰਪਨੀ ਬਹੁਤ ਹਿੱਟ ਹੋਈਆਂ ਇੱਕ ਰਿਸ਼ਤੇ ਇੱਦਾਂ ਦੇ ਬਣ ਗਏ ਸੀ ਵੀ ਇੱਥੇ ਤੱਕ ਮੈਂ ਇੱਕ ਨੋਨ ਸਿੰਗਰ ਮੈਨੂੰ ਕਹਿ ਰਿਹਾ ਸੀ ਇਸ ਵਾਰੀ ਮੈਨੂੰ ਨਹੀਂ ਪਾਇਆ ਨਾ ਫਿਰ ਦੇਖਿਓ ਮੇਰੀ 31 ਦਸੰਬਰ ਬੜੀ ਮਾੜੀ ਹੁੰਦੀ ਹੈ ਫਿਰ ਮੈਂ ਬਖਸ਼ਣਾ ਨਹੀਂ ਤੁਹਾਨੂੰ ਜੀ ਅਤੇ ਆਪਾਂ ਜੇ ਗੱਲ ਕਰੀਏ ਤੁਹਾਡੇ ਕੰਪਨੀ ਬਾਰੇ ਕਿ ਪਹਿਲਾ ਸਿੰਗਰ ਤੁਸੀਂ ਆਪ 'ਚ ਆਇਆ ਸੀ ਕੋਈ ਕਿ ਮੇਰਾ ਸਿੰਗਰ ਮੈਂ ਇਹ ਵਾਲਾ ਲਾਂਚ ਕਰਨਾ ਹੈਗਾ ਆਪਣੇ ਜਿਵੇਂ ਤੁਸੀਂ ਕਿਹਾ 87,000 ਦੀ ਕੈਪੀਟਲ ਤੋਂ ਤੁਸੀਂ ਆਪਣੀ ਕੰਪਨੀ ਸਟਾਰਟ ਕੀਤੀ ਉਹ ਸੀਗੀ ਕਿ ਉਹਨੇ ਡੈਡੀ ਕੋਲ ਉਦੋਂ ਹਾਂਜੀ ਨਹੀਂ ਮਤਲਬ ਕਿ ਤੁਸੀਂ ਕੋਈ ਸੋਚਿਆ ਸੀਗਾ ਜੇ ਮੈਂ ਕੰਪਨੀ ਲਾਂਚ ਕੀਤੀ ਹੈ ਤਾਂ ਆਪਣਾ ਪ੍ਰੋਡਕਟ ਵੇਚਣ ਲਈ ਕੋਈ ਪਹਿਲਾਂ ਸਮਾਨ ਵੀ ਪਾਊਂਗਾ ਹੈ ਨਾ ਅਤੇ ਸਮਾਨ ਤਾਂ ਮਿਊਜ਼ਿਕ ਕੰਪਨੀ ਦਾ ਆਰਟਿਸਟ ਜਾਂ ਗਾਣੇ ਹੈਗੇ ਬਿਜ਼ਨਸ ਐਕਿਊਮੈਨ ਕਾਫੀ ਦੇਰ ਤੱਕ ਨਹੀਂ ਆਇਆ ਸੀਗਾ ਅੱਛਾ 10-15 ਸਾਲ ਬਿਜ਼ਨਸ ਐਕਿਊਮੈਨ ਇਹ ਤਾਂ ਬ੍ਰਦਰ ਨੇ ਬਚਾ ਲਿਆ ਸੀ ਪ੍ਰਵੀਨ ਤ੍ਰਿਹਾਨ ਮੈਨੂੰ ਬਿਜ਼ਨਸ ਐਕਿਊਮੈਨ ਬਿਲਕੁਲ ਨਹੀਂ ਸੀ ਮੈਨੂੰ ਸੀ ਕ੍ਰੀਏਟਿਵਿਟੀ ਇਹ ਪਹਿਲੀ ਵਾਰੀ ਟੇਪ ਕੱਢੀ ਸੀ ਸ਼ੰਕਰ ਸਾਨੀ ਦੀ ਅੱਜ ਨੱਚਣੋਂ ਨਹੀਂ ਹਟਣਾ ਰੇਡੀਓ 'ਤੇ ਕਦੀ ਗਾਣਾ ਨਹੀਂ ਚੱਲਿਆ ਅਖਬਾਰ 'ਚ ਕਦੀ ਐਡ ਨਹੀਂ ਆਉਂਦੀ ਸੀ ਪਹਿਲੀ ਕੰਪਨੀ ਸੀ ਜਿਹਨੇ ਅਖਬਾਰ 'ਚ ਐਡ ਦਿੱਤੀ ਔਰ ਰੇਡੀਓ 'ਤੇ ਗਾਣਾ ਚਲਾਇਆ ਟੈਲੀਫੋਨ ਨੰਬਰ 'ਤੇ ਰਾਏ ਰਾਣੋ ਦੜੇ ਦਿਲ 'ਚ ਵਸੇ ਆਏ ਰਾਣੋ ਮੀਨਸ ਕ੍ਰੀਏਟਿਵ ਇਨ ਮਾਰਕੀਟਿੰਗ ਬਟ ਪੈਸੇ ਵੱਲ ਨਹੀਂ ਧਿਆਨ ਸੀ ਜਿੰਨੇ ਕੋਲ ਲੱਗੇ ਪਹਿਲੀ ਟੇਪ 'ਤੇ 5,000 ਟੇਪ ਵਿਕ ਗਈ ਆ ਗਏ ਵਾਪਸ ਇਟਸ ਓਕੇ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਤੁਸੀਂ ਬੱਬੂ ਮਾਨ ਸਾਹਿਬ ਨੂੰ ਤਾਂ ਲਾਂਚ ਤੁਸੀਂ ਕੀਤਾ ਅਤੇ ਉਸ ਤੋਂ ਬਾਅਦ ਜੇ ਆਪਾਂ ਦੂਸਰੇ ਸਟਾਰ ਦੀ ਗੱਲ ਕਰੀਏ ਜੇਕਰ ਜਿਹੜਾ ਸੁਪਰ ਡੁਪਰ ਹਿੱਟ ਹੋਇਆ ਮਿਸ ਪੂਜਾ ਉਹਨਾਂ ਨੂੰ ਫਿਲਮ ਦੇ ਵਿੱਚ ਐਜ਼ ਐਨ ਐਕਟਰੈਸ ਤੁਸੀਂ ਲਾਂਚ ਕੀਤਾ ਜੀ ਪਹਿਲਾਂ ਹੈ ਨਾ ਹਰੀਸ਼ ਵੀ ਸੀਗਾ ਉਹਦੇ 'ਚ ਜੀ
ਤੇ ਐਜ਼ ਅ ਪੰਜਾਬਣ ਮੂਵੀ ਦਾ ਨਾਮ ਸੀਗਾ ਜਿਹਦੇ ਵਿੱਚ ਉਹਨਾਂ ਨੇ ਡਬਲ ਰੋਲ ਹੈ ਨਾ ਪਲੇ ਕੀਤਾ ਸੀਗਾ ਜੀ ਜੀ ਤੇ ਉਹਨਾਂ ਨਾਲ ਕਿੱਦਾਂ ਮਤਲਬ ਕਿ ਹੋਇਆ ਕੰਟੈਕਟ ਸਾਡੇ ਇੱਕ ਦੋਸਤ ਸੀਗੇ ਇਕਬਾਲ ਢਿੱਲੋਂ ਹਾਂਜੀ ਹੁਣ ਖੈਰ ਰਾਬਤਾ ਨਹੀਂ ਜ਼ਿਆਦਾ ਉਹਨਾਂ ਨਾਲ ਜੀ ਉਹ ਕਹਿੰਦੇ ਫੀਮੇਲ ਬੱਬੂ ਮਾਨ ਆ ਇੱਕ ਉਹਦੇ ਨਾਲ ਫਿਲਮ ਕਰੋ ਅੱਛਾ ਇਹਨੂੰ ਫੋਨ ਕਰੋ ਤੁਸੀਂ ਹਸ਼ਰ ਚੱਲੀ ਹੋਈ ਹੈ ਗੇਮ ਬਣ ਜਾਣੀ ਆ ਮੈਂ ਮੈਸੇਜ ਛੱਡਤਾ ਪੂਜਾ ਦੇ ਫੋਨ 'ਤੇ ਉਹਦੀ ਕਾਲ ਆ ਗਈ ਇਹ ਸਭ ਸੱਚ ਹੈ ਹਾਂ 200% ਚਾਹੇ 2000% ਸਮਝ ਲਓ ਰਾਬਤਾ ਹੋ ਗਿਆ ਜੀ ਸਰ ਬਤਾਓ ਕੌਣ ਸੀ ਸਕ੍ਰਿਪਟ ਹੈ ਇੰਨੀ ਦੇਰ 'ਚ ਕੋਈ ਰੌਲਾ ਵੀ ਪੈ ਗਿਆ ਸਪੀਡ ਵਾਲੇ ਦਿਨੇਸ਼ ਦਾ ਫੋਨ ਆ ਗਿਆ ਅਸੀਂ ਕਰਨੀ ਹੈ ਇਹ ਫਿਲਮ ਇਹ ਇਕਬਾਲ ਢਿੱਲੋਂ ਨਹੀਂ ਕਰੂਗੇ ਇੱਦਾਂ ਦਾ ਕੁਛ ਚੱਲ ਰਿਹਾ ਸੀਗਾ ਜੀ ਮੇਰੇ ਦਿਮਾਗ 'ਚ ਸਕ੍ਰਿਪਟ ਸੀਗੀ ਮੈਂ ਕਿਹਾ ਫੀਮੇਲ ਬਾਪੂ ਮਾਨਾ ਚਲੋ ਕਰਦੇ ਹਾਂ ਮੈਂ ਉਦੋਂ ਤੱਕ ਇੱਕ ਵੀ ਗਾਣਾ ਨਹੀਂ ਸੁਣਿਆ ਸੀ ਉਹਨਾਂ ਦਾ ਅੱਛਾ ਜੀ ਹਾਂ ਨਹੀਂ ਮੇਰਾ ਹਾਲਾਂਕਿ ਇੰਨੀ ਜ਼ਿਆਦਾ ਹਿੱਟ ਹੋਣ ਤੋਂ ਬਾਅਦ ਨਹੀਂ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ ਨਾ ਅੱਛਾ ਇਹ ਦੁਗਾਣਿਆਂ ਨਾਲ ਜਾਂ ਕਿਸੇ ਚੀਜ਼ ਨਾ ਟੇਸਟ ਸੀਗਾ ਨਾ ਅਸੀਂ ਕਦੀ ਦੁਗਾਣੇ ਕੱਢੇ ਆ ਇੱਕ ਟੇਪ ਕੱਢੀ ਹੈ ਇੱਕ ਛਿੰਦਾ ਜੀ ਦੀ ਗੁਲਸ਼ਨ ਕੋਮਲ ਨਾਲ ਉਹ ਵੀ ਉਹਨਾਂ ਦੀ ਸੋਚ ਸੀਗੀ ਅਸੀਂ ਬਿਲਕੁਲ ਇਨਵੋਲਵ ਨਹੀਂ ਹੋਏ ਸੀ ਮੈਂ ਨਹੀਂ ਸੁਣੇ ਹੋਏ ਇਹ ਮੇਰੀ ਕਮਜ਼ੋਰੀ ਨਹੀਂ ਹੈ ਇਹ ਮੇਰਾ ਸੱਚ ਹੈ ਮੈਂ ਨਹੀਂ ਪਿੰਡਾਂ 'ਚ ਰਿਹਾ ਸੀਗਾ ਅੱਛਾ ਅਤੇ ਅਸੀਂ ਫਿਲਮ ਬਣਾ ਲਈ ਜੀ ਬਣ ਗਈ ਸਭ ਕੁਛ ਹੋ ਗਿਆ ਮੇਰਾ ਇੱਕ ਦੋਸਤ ਮੈਨੂੰ ਕਹਿੰਦਾ ਕਹਿੰਦਾ ਤੁਸੀਂ ਫਿਲਮ ਤਾਂ ਅੱਛੀ ਬਣਾਈ ਹੈ ਪਰ ਰੇਖਾ ਵਾਲਾ ਰੋਲ ਰਾਖੀ ਸਾਵੰਤ ਨੂੰ ਦੇ ਦਿੱਤਾ ਮਤਲਬ ਉਹਨਾਂ ਦੀ ਇਮੇਜ ਸੀ ਔਰ ਮੈਂ ਇਹ ਕਿੱਥੋਂ ਸਮਝਿਆ ਮੋਗਾ ਇੱਕ ਥੀਏਟਰ 'ਚ ਅਸੀਂ ਪ੍ਰਮੋਸ਼ਨ ਕਰਨ ਗਏ ਇਹ ਪਰਿਵਾਰਕ ਫਿਲਮ ਦੋ ਭੈਣਾਂ ਦੀ ਕਹਾਣੀ ਇੰਨਾ ਸਭ ਕੁਛ ਔਰ ਉੱਥੇ ਪੂਜਾ ਜੀ ਇਹ ਉਹਨਾਂ ਦੇ ਅਗੇਂਸਟ ਨਹੀਂ ਬੋਲ ਰਿਹਾ ਉਹਨਾਂ ਨੂੰ ਵੀ ਉਦੋਂ ਅਵੇਅਰਨੈਸ ਨਹੀਂ ਹੋਣੀ ਕਿ ਉਹ ਕਰ ਕੀ ਰਿਹਾ ਕਿ ਲੀੜੇ ਧੋਣ ਦੇ ਬਹਾਨੇ ਆ ਜਾ ਤਰ੍ਹਾਂ ਮੋਟਰ 'ਤੇ ਜੀ ਮੈਂ ਕਿਹਾ ਯਾਰ ਕਿਹੜੀ ਫਿਲਮ ਦੀ ਪ੍ਰਮੋਸ਼ਨ ਹੋ ਰਹੀ ਹੈ ਕੀ ਗਾ ਰਹੀ ਮੈਡਮ ਸਮਝ ਰਹੇ ਹੋ ਜੀ ਉਹ ਫਿਰ ਜਦੋਂ ਉਹ ਦੋਸਤ ਨੇ ਗੱਲ ਕਹੀ ਫਿਰ ਮੈਨੂੰ ਸਮਝ ਆਇਆ ਮੈਂ ਯਾਰ ਇਟਸ ਓਕੇ ਜੋ ਹੋ ਗਿਆ ਹੋ ਗਿਆ ਬਟ ਉਹਨੇ ਕੰਮ ਬਹੁਤ ਅੱਛਾ ਕੀਤਾ ਸੀ ਉਹਦੀ ਕੋਈ ਪ੍ਰੋਬਲਮ ਨਹੀਂ ਸੀ ਸਾਡੀ ਗਲਤੀ ਸੀ ਸਾਡੀ ਵੀ ਨਹੀਂ ਮੇਰੀ ਕਿ ਮੈਂ ਉਹਨਾਂ ਦੀ ਇਮੇਜ ਸਟੱਡੀ ਨਹੀਂ ਕੀਤੀ ਕਾਸਟ ਕਰਤਾ ਮੈਨੂੰ ਨਹੀਂ ਪਤਾ ਸੀ ਇੱਦਾਂ ਦੇ ਗਾਣੇ ਗਾਉਂਦੇ ਆ ਉਹ ਕਿ ਇੱਦਾਂ ਦੇ ਬੰਦੇ ਨੂੰ ਆਪਾਂ ਬਹੁਤ ਯਥਾਰਥਵਾਦੀ ਬਹੁਤ ਉਸ ਟਾਈਪ ਦੀ ਇਮੇਜ 'ਚ ਪਾਵਾਂਗੇ ਥੋੜ੍ਹਾ ਔਖਾ ਹੋ ਜਾਂਦਾ ਹੁਣ ਉਹਨਾਂ ਦੀ ਇਮੇਜ ਉਹਨਾਂ ਨੇ ਬਦਲ ਲਈ ਹੈ ਚੇਂਜ ਹੋ ਗਿਆ ਨਾ ਬਟ ਸਾਡੀ ਫਿਲਮ ਦੇ ਟਾਈਮ 'ਤੇ ਇਹ ਪ੍ਰੋਬਲਮ ਆਈ ਤੇ ਇਸ ਗੱਲ ਤੋਂ ਮਤਲਬ ਕਿ ਵੈਸੇ ਸਿੱਧ ਵੀ ਹੁੰਦਾ ਹੈ ਕਿ ਬੰਦੇ ਨੂੰ ਸਟੱਡੀ ਕਰਕੇ ਹੀ ਸਾਰਾ ਸਟੈਪਸ ਲੈਣੇ ਚਾਹੀਦੇ ਮੈਂ ਕਹਿ ਰਿਹਾ ਮੇਰੀ ਗਲਤੀ ਹੈ ਆਈ ਬਿਲੀਵਡ ਔਨ ਫਰੈਂਡਸ ਉਹ ਬਹੁਤ ਵੱਡੀ ਗਲਤੀ ਸੀ ਜੀ ਕਿ ਉਹਨਾਂ ਨੂੰ ਸੋਚਣਾ ਵੀ ਨਹੀਂ ਚਾਹੀਦਾ ਸੀ ਉਹਨਾਂ ਨੂੰ ਸਕ੍ਰਿਪਟ ਪਤਾ ਸੀ ਕਿ ਇਹ ਵਾਲੀ ਇਮੇਜ ਨਹੀਂ ਹੈ ਉਹਦੀ ਉਹ ਇਸ ਵੇਲੇ ਦੁਗਾਣੇ ਗਾਉਂਦੀ ਹੈ ਉਹ ਜਿੱਦਾਂ ਦੇ ਗਾਉਂਦੀ ਹੈ ਉਹ ਇਹ ਨਹੀਂ ਮੈਂ ਕਹਿ ਰਿਹਾ ਕਿ ਅਸ਼ਲੀਲ ਗਾਉਂਦੀ ਸੀ ਬਟ ਉਹ ਵਾਲੇ ਯੂਥ ਲਈ ਸੀ ਜਿਹੜੇ ਫੈਮਿਲੀ ਫਿਲਮ ਦੇਖਣ ਥੋੜ੍ਹੀ ਆਊਗੇ ਜੀ ਅਸੀਂ ਫੈਮਿਲੀ ਫਿਲਮ ਬਣਾ ਰਹੇ ਸੀ ਦੋ ਜੁੜਵਾਂ ਭੈਣਾਂ ਦੀ ਯਥਾਰਥਵਾਦੀ ਕਹਾਣੀ ਬਣਾ ਰਹੇ ਹਾਂ ਜਿਹੜੀਆਂ ਬਹੁਤ ਜ਼ਿਆਦਾ ਕਲਚਰਲ ਨੇ ਸੰਸਕਾਰਵਾਦੀ ਨੇ ਉਹ ਉਹਦੇ 'ਚ ਮਿਸਫਾਇਰ ਹੋਇਆ ਹਾਲਾਂਕਿ ਪੈਸੇ ਨਹੀਂ ਕਿਸੇ ਦੇ ਟੁੱਟੇ ਓਕੇ ਹੋ ਰਹਿ ਗਈ ਫਿਲਮ ਬਟ ਸਮ ਹਾਓ ਆਈ ਮਿਸਫਾਇਰਡ ਅਤੇ ਹੁਣ ਜੇ ਆਪਾਂ ਗੱਲ ਕਰੀਏ ਤੁਹਾਡੇ ਬੇਟੇ ਹਾਰਦਿਕ ਤ੍ਰੇਨ ਭਾਅ ਜੀ ਬਹੁਤ ਵਧੀਆ ਮੇਰਾ ਬਹੁਤ ਵਧੀਆ ਸਿੰਗਰ ਹੈ ਨਾ ਅਤੇ ਨਿੱਕੇ ਨਿੱਕੇ ਗਾਣਾ ਉਹਨਾਂ ਦਾ ਬਹੁਤ ਲੋਕਾਂ ਨੇ ਪਸੰਦ ਕੀਤਾ ਅਤੇ ਹੁਣ ਸਟਿਲ ਹੁਣ ਲੱਗੇ ਹੋਏ ਨੇ ਅਤੇ ਕੀ ਪ੍ਰੋਜੈਕਟਸ ਉਹ ਲੈ ਕੇ ਆ ਰਹੇ ਨੇ ਅਤੇ ਤੁਸੀਂ ਹੋਰ ਕੀ ਲੈ ਕੇ ਆ ਰਹੇ ਮੈਂ ਤਾਂ ਹਾਲੇ ਆ ਮੇਰਾ ਇੱਕ ਪਹਿਲਾਂ ਪ੍ਰੋਜੈਕਟ ਰੁਕਿਆ ਹੋਇਆ ਸਨੀ ਸਰ ਨਾਲ ਸਨੀ ਡਿਓਲ ਜੀ ਨਾਲ ਉਹ ਫਿਰ ਹੁਣ ਕਈ ਰੁਝੇਵੇਂ ਪਹਿਲਾਂ ਬੇਟੇ ਦੀ ਫਿਲਮ ਫਿਰ ਇਲੈਕਸ਼ਨਸ ਫਿਰ ਕਈ ਕੁਛ ਆ ਗਿਆ ਉਸ ਚੱਕਰ 'ਚ ਡਿਲੇ ਹੋ ਰਹੀ ਹੈ ਦੇਖਦੇ ਹਾਂ ਕੀ ਹੁੰਦਾ ਸ਼ਾਇਦ ਕੁਛ ਉਹਦੇ 'ਚ ਵੱਡੀ ਅਨਾਊਂਸਮੈਂਟ ਨਹੀਂ ਮਤਲਬ ਪ੍ਰੋਜੈਕਟ ਬਣ ਸਕਦਾ ਨਹੀਂ ਤਾਂ ਆ ਬੱਬੂ ਵਾਲੀ ਫਿਲਮ ਹੈ ਮੈਂ ਆਪਣਾ ਇਹ ਦੱਸ ਸਕਦਾ ਵਨੀ ਮਤਲਬ ਹਾਰਦਿਕ ਉਹ ਲੱਗਿਆ ਹੋਇਆ ਆਪਣਾ ਕੁਛ ਨਾ ਕੁਛ ਰੋਜ਼ ਸਟੂਡੀਓ ਉਹ ਕੰਮ ਕਰ ਰਿਹਾ ਜੀ ਵਰਕਿੰਗ ਈਵਨ ਸਾਡੇ ਅਸੀਂ ਕਿਡਸ ਦਾ ਕੁਛ ਕੰਟੈਂਟ ਬਣਾਉਂਦੇ ਹਾਂ ਐਜੂਕੇਸ਼ਨਲ ਉਹਦੇ 'ਚ ਵੀ ਉਹ ਥੋੜ੍ਹਾ ਅੱਧਾ ਘੰਟਾ ਦੇ ਦਿੰਦਾ ਅਦਰਵਾਈਜ਼ ਉਹ ਆਪਣੀ ਸਿੰਗਿੰਗ 'ਚ ਐਕਟਿੰਗ 'ਚ ਔਰ ਦੇਖਦੇ ਹਾਂ ਸ਼ਾਇਦ ਉਹਨੂੰ ਵੀ ਜਲਦੀ ਲਾਂਚ ਕਰਾਂਗੇ ਜੀ ਜ਼ਰੂਰ ਜ਼ਰੂਰ ਜ਼ਰੂਰ
ਤੇ ਹੁਣ ਅਗਰ ਆਪਾਂ ਗੱਲ ਕਰੀਏ ਤੁਹਾਡੀ ਡੇਲੀ ਅੱਜ ਕੱਲ੍ਹ ਦੀ ਰੂਟੀਨ ਲਾਈਫ ਦੀ, ਤੇ ਅੱਜ ਕੱਲ੍ਹ ਤੁਹਾਡੇ ਕੀ ਚੱਲ ਰਿਹਾ ਡੇਲੀ ਰੂਟੀਨ ਲਾਈਫ? ਮੇਰੀ ਰੂਟੀਨ ਲਾਈਫ 'ਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਯੋਗਾ, ਮੇਰੇ ਟੀਚਰ ਆਉਂਦੇ ਘਰ, 40 ਮਿੰਟਸ ਯੋਗਾ ਜੋ ਕਿ ਤੁਹਾਡੇ ਮੈਨੂੰ ਲੱਗਦਾ ਸਾਰਾ ਹੁਣ ਤੱਕ ਸਿਹਤ ਦਾ ਹੈ ਨਾ ਰਾਜ ਹੀ ਨਹੀਂ ਨਹੀਂ ਇਹ ਤਾਂ ਹੁਣ ਸ਼ੁਰੂ ਹੋਇਆ, ਸਾਲ ਹੋਇਆ, ਸਾਲ ਉੱਦਾਂ ਹੀ ਫਿਟਨੈਸ ਸਰ ਯੋਗਾ। ਫਿਰ ਮੈਂ ਮਜ਼ਾਕ 'ਚ ਇੱਕ ਗੱਲ ਦੱਸਦਾ, ਹੈ ਸੱਚੀ ਜੀ ਜੀ, ਪਿੱਛੇ ਮੈਂ ਟੈਸਟ ਕਰਾਇਆ ਬਲੱਡ ਟੈਸਟ। ਅੱਛਾ ਜੀ। ਮੈਨੂੰ ਨਹੀਂ ਪਤਾ ਇਹ ਟੀ ਵੀ 'ਤੇ ਚਲਾਉਣ ਵਾਲੀ ਕਿ ਨਹੀਂ, ਪਰ ਅਤੇ ਉਹਦੇ 'ਚ ਕਹਿੰਦੇ ਯੂਰੀਆ ਵਧਿਆ ਹੋਇਆ। ਮੈਂ ਆਪਣੇ ਇੱਕ ਯਾਰ ਦੋਸਤ ਡਾਕਟਰ ਨੂੰ ਫੋਨ ਕਰ ਲਿਆ, ਮੈਂ ਕਿਹਾ ਯੂਰੀਆ ਵਧਿਆ ਹੋਇਆ? ਕਹਿੰਦਾ ਯੂਰੀਆ ਕਿ ਯੂਰਿਕ ਐਸਿਡ? ਮੈਂ ਕਿਹਾ ਯੂਰੀਆ। ਕਹਿੰਦਾ ਇਹਦਾ ਮਤਲਬ ਗੰਦ ਮੰਦ ਕੁਝ ਖਾਂਦੇ ਹੀ ਨਹੀਂ। ਮੈਂ ਕੋਈ ਤਲਿਆ ਕੋਈ ਚੀਜ਼ ਕੋਈ ਆਈਟਮ ਦੇ ਨੇੜੇ ਨਹੀਂ ਜਾਂਦਾ ਸਰ ਆਪਣੇ ਵੱਲੋਂ, ਇੱਕ ਸਿਰਫ ਸ਼ਾਮ ਦੀ ਡਰਿੰਕ ਤੋਂ ਇਲਾਵਾ, ਬਾਕੀ ਸਭ ਪਿਓਰ ਆਈਟਮਸ ਹੈ, ਜ਼ਿਆਦਾ ਫਰੂਟ। ਮੈਂ ਦੇਖਿਆ ਅਸੀਂ ਵੀ ਤੁਹਾਨੂੰ ਬਥੇਰਾ ਜ਼ੋਰ ਲਗਾਇਆ ਕਿ ਕੁਛ ਖਾ ਲਓ ਤੁਸੀਂ ਸਟੂਡੀਓ ਆ ਕੇ ਵੀ ਨਹੀਂ ਕੁਛ ਖਾਦਾ। ਨਹੀਂ ਨਹੀਂ ਹੈ ਨਾ, ਪਿਓਰਿਟੀ ਦੇ ਤੁਸੀਂ ਕਾਫੀ ਜ਼ਿਆਦਾ ਹੈਲਥ ਕੌਨਸ਼ੀਅਸ ਹੋ ਕਹਿ ਸਕਦੇ ਆਪਾਂ। ਹੈਲਥ ਕੌਨਸ਼ੀਅਸ ਵੀ ਨਹੀਂ, ਉਹ ਲਾਈਫ ਸਟਾਈਲ ਬਣ ਗਿਆ ਜੀ ਕਿ ਨਹੀਂ ਯਾਰ ਇਹ ਖਾਵਾਂਗੇ ਫਿਰ ਅੱਧਾ ਘੰਟਾ ਪਰੇਸ਼ਾਨ ਰਹਾਂਗੇ, ਅਜੀਬ ਜਿਹਾ ਹੋ ਜਾਏਗਾ, ਬੀ ਪੀ ਦੀ ਗੋਲੀ ਲੱਗ ਜੂ, ਕੁਛ ਹੋਰ ਹੋ ਜੂ, ਨਾਰਮਲ ਬਸ, ਜ਼ਿਆਦਾ ਫਰੂਟ। ਅੱਜ ਬਹੁਤ ਹੀ ਵਧੀਆ ਲੱਗਿਆ ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਕਰਕੇ ਸਟੂਡੀਓ ਦੇ ਵਿੱਚ, ਨਾ ਕਾਫੀ ਕੁਛ ਸਿੱਖਣ ਨੂੰ ਮਿਲਿਆ ਕਿਉਂਕਿ ਫੈਮਿਲੀ ਦੇ ਵਿੱਚ ਜਦੋਂ ਗੱਲਾਂ ਬਾਤਾਂ ਹੁੰਦੀਆਂ ਨਾ, ਪਾਪਾ ਗੱਲਾਂ ਕਰਦੇ ਹੁੰਦੇ ਪੁਰਾਣੇ ਟਾਈਮ ਦੀ, ਹੈ ਨਾ, ਜਿਵੇਂ ਜਿਵੇਂ ਤੁਹਾਡੇ ਨਾਲ ਸਾਰੇ ਨਾਲ ਕੰਮ ਕੀਤਾ ਇੱਕ ਟੀਮ ਬਣਾ ਕੇ, ਹੈ ਨਾ, ਸਾਰੇ ਪ੍ਰੋਪਰ ਟੀਮ ਔਰ ਪਿੱਲਰਸ ਆਫ ਦ ਟੀਮ। ਸਵੇਰੇ 9 ਵਜੇ ਉੱਠ ਕੇ ਤਾਂ ਮੋਬਾਈਲ ਫੋਨ ਵੀ ਪ੍ਰੋਪਰ ਨਹੀਂ ਹੁੰਦੇ ਸੀ, ਇਹ ਡਿਸਾਈਡ ਕਰੀਦਾ ਸੀ ਲੋਕੇਸ਼ਨ ਕਿਹੜੀ ਹੈ ਗਾਣੇ ਦੀ, ਨਵੇਂ ਸਾਲ ਦਾ ਗਾਣਾ ਹੁੰਦਾ ਸੀ ਜੀ, ਪੁੱਛ ਲਿਓ। ਬਿਲਕੁਲ ਬਿਲਕੁਲ, ਉਹਦੇ 'ਚ ਜੇ ਟੀਮ ਵਰਕ ਨਾ ਹੋਵੇ ਤਾਂ ਆਪਾਂ ਪ੍ਰੋਪਰ ਕਿੱਥੋਂ ਫਰੇਮ ਬਣਾ ਸਕਦੇ ਹਾਂ, ਕਿੱਦਾਂ ਜੀ ਸਕਦੇ ਹਾਂ, ਕਿੱਦਾਂ ਉਹਨੂੰ ਕੱਢ ਸਕਦੇ ਹਾਂ, ਉਸ ਟਾਈਮ ਦੇ ਹਿਸਾਬ ਨਾਲ ਉਹ ਕੰਮ ਬਹੁਤ ਵਧੀਆ ਸੀ। ਨਹੀਂ ਮੈਂ ਸੁਣਿਆ ਇਹ ਗੱਲਾਂ, ਈਵਨ ਕਿ ਜਿਵੇਂ ਪਾਪਾ ਤੋਂ, ਹੈ ਨਾ, ਕਿਉਂਕਿ ਉਸ ਟਾਈਮ ਇਕੱਲੇ ਡੀ ਓ ਪੀ ਹੋਣ ਦੇ ਕਾਰਨ, ਹੈ ਨਾ, ਫਿਰ ਅਤੇ ਉਦੋਂ ਕਾਫੀ ਕੁਛ ਵੱਖਰਾ ਸੀਗਾ ਅਤੇ ਹੁਣ ਕਾਫੀ ਕੁਛ ਹੋਰ ਵੱਖਰਾ। ਸੋ ਥੈਂਕ ਯੂ ਸੋ ਮੱਚ, ਤੁਸੀਂ ਅੱਜ ਸਾਡੇ ਸਟੂਡੀਓ ਪਹੁੰਚੇ ਅਤੇ ਆਪਣਾ ਕੀਮਤੀ ਟਾਈਮ ਦਿੱਤਾ ਜੀ। ਸੋ ਇਸੇ ਤਰ੍ਹਾਂ ਜੀ ਸਤਰੰਗ ਸੈਲੀਬ੍ਰਿਟੀ ਦੇ ਵਿੱਚ ਤੁਹਾਨੂੰ ਨਵੀਂ ਨਵੀਂ ਸੈਲੀਬ੍ਰਿਟੀ ਦੇ ਰੂਬਰੂ ਕਰਵਾਉਂਦੇ ਰਹਾਂਗੇ ਜੀ, ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ ਇੱਕ ਨਵੀਂ ਸੈਲੀਬ੍ਰਿਟੀ ਦੇ ਨਾਲ। ਤਦ ਤੱਕ ਦੇ ਸਾਨੂੰ ਆ ਗਿਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਉਮੀਦ ਹੈ ਤੁਹਾਨੂੰ ਅੱਜ ਦੀ ਇਹ ਇੰਟਰਵਿਊ, ਮੁਲਾਕਾਤ, ਇਹ ਗੱਲਬਾਤ ਪਸੰਦ ਆਈ ਹੋਵੇਗੀ। ਚੈਨਲ ਸਤਰੰਗ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸਾਡੇ ਨਾਲ ਜੁੜੋ ਅਤੇ ਪਿਆਰ ਵੰਡੋ। ਸ਼ੁਕਰੀਆ।